ਜਿਹੜੇ ਕੈਂਡੀਡੇਟ ਪੰਜਾਬ ਵਿੱਚ ਲਗਭਗ ਜਿਹੜੇ 200 B.Ed ਕਾਲਜੇ ਉਹਨਾਂ ਵਿੱਚ B.Ed ਕਰਨਾ ਚਾਹੁੰਦੇ ਨੇ ਉਹ ਫਾਰਮ ਫਿਲ ਕਰਨੇ ਨੇ ਆਨਲਾਈਨ ਫਾਰਮ ਫਿਲ ਕੀਤੇ ਜਾਂਦੇ ਨੇ ਔਰ ਟੈਸਟ 4 ਅਗਸਤ ਨੂੰ ਹੋਣਾ ਹੈ ਐ ਉਸ ਦੀ ਡੇਟ ਅੱਜ ਲਾਸਟ ਡੇਟ ਸੀ 14 ਜੁਲਾਈ जुल, ਸੋ ਇਹ ਡੇਟ ਐਕਸਟੈਂਡ ਹੋ ਕੇ ਜੇ ਤੁਸੀਂ ਵੈਬਸਾਈਟ ਤੇ ਵੀ ਜਾ ਕੇ ਦੇਖੋ ਜੁਆਇੰਟ ਬੀਐਡ ਐਡਮਿਸ਼ਨ ਟੈਸਟ ਪੰਜਾਬ ਜੋ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਲਿੱਤਾ ਜਾ ਰਿਹਾ ਹੈ ਡੇਟ ਆਫ ਅਵੇਲੇਬਿਲਟੀ ਆਫ ਪ੍ਰੋਸਪੈਕਟਸ ਐਂਡ ਔਨਲਾਈਨ ਅਪਲੀਕੇਸ਼ਨ ਫਰਮ ਵੈਬਸਾਈਟ 14 ਜੂਨ ਤੋਂ ਇਹ ਸ਼ੁਰੂ ਸੀ ਔਰ ਲਾਸਟ ਡੇਟ ਜਿਹੜੀ ਰਿਵਾਈਜ਼ ਹੈ ਹੁਣੇ ਮੇ ਖੁੱਲੀ ਹੈ ਇੰਪੋਰਟੈਂਟ ਡੇਟ ਰਿਵਾਈਜ਼ਡ ਰੈੱਡ ਕਲਰ ਨਾਲ ਲਿਖਿਆ ਹੋਇਆ ਹੈ ਇਹਦੇ ਵਿੱਚ ਲਾਸਟ ਡੇਟ ਫਾਰ ਸਬਮਿਸ਼ਨ ਆਫ ਇਨਫੋਰਮੇਸ਼ਨ ਔਨ ਵੈਬਸਾਈਟ ਟੂ ਜਨਰੇਟ ਦਾ ਲੌਗਇਨ ਐਂਡ ਪਾਸਵਰਡ ਤੇ ਇਹ ਜਿਹੜੀ ਹੈ ਸੈਟਰਡੇ ਜੁਲਾਈ 20 2024 ਤੱਕ ਹੋ ਗਈ ਹੈ ਔਰ ਤੁਸੀਂ ਫੋਟੋ ਜੋ ਹੈ ਅਪਲੋਡਿੰਗ ਫੋਟੋ ਸਿਗਨੇਚਰ ਵਿਦ ਦਾ ਰੈਸਟ ਆਫ ਦੀ ਇਨਫੋਰਮੇਸ਼ਨ ਔਨ ਵੈਬਸਾਈਟ ਉਹ 21 ਜੁਲਾਈ ਤੱਕ ਕਰ ਸਕਦੇ ਹੋ ਲਗਭਗ 1 ਹਫਤਾ ਐ ਐਕਸਟੈਂਡ ਹੋ ਚੁੱਕੀ ਹੈ ਜਿਹੜੇ ਕੈਂਡੀਡੇਟ ਫਿਲ ਕਰਨਾ ਚਾਹੁੰਦੇ ਨੇ ਬਿਨਾ ਲੇਟ ਫੀਸ ਤੋਂ ਆਦਰਵਾਇਜ਼ ਇਸ ਤੋਂ ਬਾਅਦ ਵੀ ਫਿਲ ਕੀਤੇ ਜਾ ਸਕਦੇ ਨੇ ਲੇਕਿਨ ਲੇਟ ਫੀਸ ਬਹੁਤ ਜ਼ਿਆਦਾ ਹੋਏਗੀ ਤੁਸੀਂ ਲੇਟ ਫੀਸ ਤੋਂ ਬਚਣ ਲਈ ਮੈਂ ਇਹ ਦੱਸ ਦਿਆਂ ਕਿ ਬੇਸ਼ੱਕ ਤੁਸੀਂ ਮੈਂ ਕਿਸੇ ਵੀ ਤਰ੍ਹਾਂ ਕਿਸੇ ਵੀ ਕਾਲਜ ਚ ਫੀਸ ਸੀਟ ਲੈਣੀ ਹੈ ਇਹ ਤੁਹਾਨੂੰ ਇਹ ਟੈਸਟ ਦੇਣਾ ਹੀ ਪਏਗਾ ਜੇਕਰ ਤੁਸੀਂ ਮੈਨੇਜਮੈਂਟ ਕੋਟੇ ਵਿੱਚ ਸੀਟ ਲੈਣੀ ਹੈ ਜਿਹੜੀ ਕਿ 13% ਪ੍ਰਾਈਵੇਟ ਸਕੂਲਜਾਂ ਵਿੱਚ ਹੁੰਦਾ ਹੈ ਉਹਦੇ ਵਿੱਚ ਵੀ ਇਹ ਤੁਹਾਨੂੰ ਇਹ ਫੀਸ ਜੋ 2900 ਰੁਪਿਆ ਜਨਰਲ ਕੈਟਾਗਰੀ ਦੀ ਹੋਏਗੀ ਫੀਸ ਫੇ ਵੀ ਪੇਪ ਕਰਨੀ ਪੈਂਦੀ ਹੈ ਸੋ ਇਹਨਾਂ ਬੈਟਰ ਹੈ ਕਿ ਟੈਸਟ ਵਿੱਚ ਅਪੀਅਰ ਹੋਵੋ ਅ ਨੈਗੇਟਿਵ ਮਾਰਕਿੰਗ ਨਹੀਂ ਹੈ ਗੈਸ ਵਰਕ ਲੱਗ ਸਕਦਾ ਹੈ ਬੜੀ ਹੀ ਆਸਾਨੀ ਦੇ ਨਾਲ ਟੈਸਟ ਨੂੰ ਪਾਸ ਕੀਤਾ ਜਾ ਸਕਦਾ ਹੈ ਜੇਕਰ ਹਾਂ ਅਲੱਗ ਤੋਂ ਇਹ ਵੀ ਦੱਸ ਦਿਆਂ ਕਿ ਸਾਡਾ ਆਲਰੇਡੀ ਸਭ ਤੋਂ ਸਸਤਾ ਇੱਕ ਕੋਰਸ 220 ਰੁਪਏ ਦਾ ਇਹ ਚੱਲ ਰਿਹਾ ਹੈ 220 ਰੁਪਏ ਦਾ ਕੋਰਸ ਜਿਹੜਾ ਹੈ ਤੁਸੀਂ ਲੈ ਸਕਦੇ ਹੋ ਜਿਹਦੇ ਵਿੱਚ ਪਿਛਲੇ ਇਹ ਮਾਸਟਰੀ ਕੋਰਸ 220 ਰੁਪਏ ਦਾ ਜਿਹਦੇ ਵਿੱਚ ਪਿਛਲੇ ਸਾਲ ਦੇ ਸਾਰੇ ਪੰਜਾਬ ਦੇ ਬੀਐਡ ਇੰਟਰਸ ਟੈਸਟ ਨੇ ਯੂਨੀਅਨ ਟੈਰੀਟਰੀ ਦੇ ਸਾਰੇ ਬੀਐਡ ਇੰਟਰਸ ਟੈਸਟ ਨੇ ਕਿਉਂਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਲੈ ਰਹੀ ਹੈ ਇਸ ਲਈ ਉਹ ਉਸੇ ਤਰ੍ਹਾਂ ਦੇ ਟੈਸਟ ਆਉਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਕਿਉਂਕਿ ਪੇਪਰ ਸੈਟਰ ਸੇਮ ਹੁੰਦੇ ਨੇ ਇਸ ਤੋਂ ਇਲਾਵਾ ਪ੍ਰੈਕਟਿਸ ਸੈਟ ਨੇ ਟੌਪਿਕ ਵਾਈਜ਼ ਨੇ ਜੇਕਰ ਤੁਸੀਂ ਰਿਕਾਰਡਡ ਵੀਡੀਓ ਜਾਂ ਲਾਈਵ ਟੀਚਰ ਤੋਂ ਹਰ ਸਬਜੈਕਟ ਮੈਂਟਲ ਅਬਿਲਿਟੀ ਹੈ ਜਨਰਲ ਅਵੇਅਰਨੈਸ ਹੈ ਟੀਚਿੰਗ ਪੋਟੈਂਸ਼ੀਅਲ ਹੈ ਇੰਗਲਿਸ਼ ਹੈ ਪੰਜਾਬੀ ਹੈ ਸਾਰੇ ਇਹ ਲਰਨ ਕਰਨਾ ਚਾਹੁੰਦੇ ਹਨ ਤਾਂ ਫਿਰ ਤੁਹਾਨੂੰ ਇਹ 550 ਵਾਲਾ ਜੇ ਹੋਰ ਪੈਸੇ ਬਚਾਣੇ ਹਨ ਤਾਂ ਦੋਨੋਂ ਮਰਜ ਕਰਕੇ ਲੈਣੀ ਹੈ ਤੇ 660 ਵਾਲਾ ਕੋਰਸ ਲੈ ਸਕਦੇ ਜਿਸ ਵਿੱਚ ਲਾਈਵ ਕਲਾਸਿਸ ਔਰ ਇਹ ਸਾਰੇ ਟੈਸਟ ਮਿਲਣਗੇ ਇਸ ਤੋਂ ਇਲਾਵਾ ਫ੍ਰੀ ਮੌਕ ਟੈਸਟ ਤੁਹਾਡਾ ਲੈ ਰਹੇ ਆ ਤੁਸੀਂ ਉਹਦੇ ਲਈ ਐਨਰੋਲ ਹੋ ਸਕਦੇ ਹੋ ਫ੍ਰੀ ਮੌਕ ਟੈਸਟ ਵਿੱਚ ਲਰਨ ਟੂ ਐਕਚੁਅਲਾਈਜ਼ ਤੇ ਜਾ ਕੇ ਸੋ ਇਸਬਰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ ਫਾਰਮ ਫਿਲਿੰਗ ਲਈ ਇਸ ਦੇ نیچے ਵੀਡੀਓ ਦਾ ਲਿੰਕ ਦੇ ਦਿੰਨੇ ਹਾਂ ਜਿਹੜੀ ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਫਾਰਮ ਫਿਲ ਕਰਨਾ ਹੈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਸਬਜੈਕਟ ਕੰਬੀਨੇਸ਼ਨ ਜਿਹੜੇ ਨੇ ਉਸ ਰਿਗਾਰਡਿੰਗ ਕੋਈ ਤੁਹਾਨੂੰ ਪ੍ਰੋਬਲਮ ਆਉਂਦੀ ਹੈ ਮੈਨੂੰ ਫੋਨ ਕਰ ਸਕਦੇ ਹੋ 8427458843 ਤੇ ਕਿਸੇ ਤਰ੍ਹਾਂ ਦੇ ਘਬਰਾਉਣ ਦੀ ਗੱਲ ਨਹੀਂ ਹੈ ਕੰਪੀਟੀਸ਼ਨ ਇੰਟਰਸ ਟੈਸਟ ਕੋਈ ਜ਼ਿਆਦਾ ਨਹੀਂ ਹੁੰਦਾ ਐਂਗਜ਼ਾਇਟੀ ਹੋ ਜਾਂਦੀ ਹੈ ਉਸ ਨੂੰ ਮੈਨੇਜ ਕਰਨ ਲਈ ਈਵਨ ਜੇ ਕੁਝ ਨਹੀਂ ਹੈ ਤਾਂ ਇਹਨਾਂ ਦੇ ਵਿੱਚ ਗੈਸ ਵਰਕ ਕਿਸ ਤਰ੍ਹਾਂ ਦਾ ਨਾ ਉਹ ਵੀਡੀਓ ਦੇਖ ਕੇ ਜਾਂ ਪਿਛਲੇ 1-2 ਪੇਪਰ ਸੋਲਵ ਕਰਕੇ ਵੀ ਪੇਪਰ ਦਿੱਤਾ ਜਾ ਸਕਦਾ ਹੈ ਅ एलिजिਬਿਲਟੀ ਜਿਹੜੀ ਹੈ ਉਹ ਜਿਹੜੇ 25% ਮਾਰਕਸ ਜਨਰਲ ਕੈਟਾਗਰੀ ਲਈ ਨਹੀਂ ਹੈ 20% ਰਿਜ਼ਰਵ ਕੈਟਾਗਰੀ ਲਈ ਹਨ ਜਿਹੜੇ 150 ਚੋਂ 38 ਮਾਰਕਸ ਤੁਸੀਂ ਲੈਣੇ ਹਨ ਔਰ ਰਿਜ਼ਰਵ ਕੈਟਾਗਰੀ ਨੇ ਥੋੜੇ ਜਿਓਸ ਤੋਂ ਕੱਟ ਲੈਣੇ ਹਨ ਨਹੀਂ ਲੇਕਿਨ ਤੁਸੀਂ ਇਹਨਾਂ ਨੀਵਾ ਨਹੀਂ ਸੋਚਣਾ ਅੱਛਾ ਸੋਚਿਆ ਜਾ ਸਕਦਾ ਹੈ ਜਿਆਦਾ ਮਾਰਕਸ ਲੈ ਸਕਦੇ ਹੋ ਸੋ ਸਭ ਤੋਂ ਪਹਿਲਾਂ ਇਹ ਕੰਮ ਕਰੋ ਕਿ ਇਹ ਫਾਰਮ ਨੂੰ ਫਿਲ ਕਰੋ ਔਰ ਇਸ ਦੇ ਰਿਗਾਰਡਿੰਗ ਬੀਐਡ ਦੇ ਰਿਗਾਰਡਿੰਗ ਐਗਜ਼ਾਮ ਦੇ ਰਿਗਾਰਡਿੰਗ ਪੀਐਸਟ ਟਟ ਦੇ ਰਿਗਾਰਡਿੰਗ ਮਾਸਟਰ ਕਟ ਦੇ ਰਿਗਾਰਡਿੰਗ ਕੋਈ ਵੀ ਡਾਊਟ ਹੈ ਤੇ ਪੁੱਛ ਸਕਦੇ ਹੋ ਲਾਂਟ ਐਕਚੁਅਲਾਈਜ਼ ਡਾਕਟਰ ਪੀਰ ਸਿੰਘ